ਇਸੇ ਵਿਚਾਲੇ ਜਿਹੜਾ ਮਸਲਾ ਹੈ SCPC ਨਾਲ ਜੁੜਿਆ ਹੋਇਆ। ਦਰਅਸਲ ਕਤਰ ਦੇ ਵਿੱਚ 8 ਨੇਵੀ ਅਫਸਰਾਂ ਦੀ ਜਿਹੜੀ ਫਾਂਸੀ ਬੀਤੀ ਦਿਨੀ ਰੱਦ ਹੋਈ ਤਾਂ ਭਾਰਤ ਦੇ ਵੱਲੋਂ ਇਸ ਨੂੰ ਆਪਣੀ ਕੂਟਨੀਤਿਕ ਜਿੱਤ ਵੀ ਦੱਸਿਆ ਗਿਆ। ਹਾਲਾਂਕਿ ਹੁਣ ਕਤਰ ਦੇ ਵਿੱਚ 8 ਜਿਹੜੇ ਇਹ ਸਾਬਕਾ ਨੇਵੀ ਅਫਸਰ ਨੇ ਉਹਨਾਂ ਦੀ ਸਜ਼ਾ ਦੇ ਉੱਤੇ ਰੋਕ ਲੱਗੀ ਸਜ਼ਾਏ ਮੌਤ 'ਤੇ, ਤਾਂ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੈ। ਦਰਅਸਲ ਅਕਾਲੀ ਦਲ ਅਤੇ SCPC ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਵਿਦੇਸ਼ ਦੇ ਵਿੱਚ ਭਾਰਤੀਆਂ 'ਤੇ ਗੰਭੀਰ ਇਲਜ਼ਾਮ ਲੱਗੇ ਸਨ ਕਥਿਤ ਤੌਰ 'ਤੇ ਜਾਸੂਸੀ ਦੇ, ਉਸ ਮਾਮਲੇ 'ਚ ਤੁਸੀਂ ਸਜ਼ਾਏ ਮੌਤ ਉਹਨਾਂ ਦੀ ਖਤਮ ਕਰਵਾ ਦਿੱਤੀ ਹੈ, ਹੋਰ ਜਿਹੜੀ ਸਜ਼ਾ ਘੱਟ ਹੋਵੇਗੀ। ਪਰ ਇਹ ਕਿਹਾ ਗਿਆ ਕਿ ਭਾਰਤ ਦੇ ਵਿੱਚ ਖੁਦ ਕੇਂਦਰ ਸਰਕਾਰ ਨੇ 2019 'ਚ ਆਪਣਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਬੰਦੀ ਸਿੱਖਾਂ ਨੂੰ ਲੈ ਕੇ, ਜਿਹਦੇ ਵਿੱਚ ਬਲਵੰਤ ਸਿੰਘ ਰਾਜਵਾਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਣ ਦਾ ਵੀ ਜ਼ਿਕਰ ਕੀਤਾ ਗਿਆ ਸੀ। ਉਸ ਦੇ ਉੱਤੇ ਆਖਰ ਭਾਰਤ ਸਰਕਾਰ ਕਦੋਂ ਖਰੀ ਉਤਰੇਗੀ? ਤਾਂ ਇਸ ਮਸਲੇ ਦੇ ਉੱਤੇ ਹੁਣ ਅਕਾਲੀ ਦਲ ਅਤੇ SCPC ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਮਸਲੇ 'ਤੇ ਕੇਂਦਰ ਨੂੰ ਜਵਾਬ ਦੇਣਾ ਪਵੇਗਾ ਕਿ ਆਖਰ ਬੰਦੀ ਸਿੱਖਾਂ ਦੇ ਮਸਲੇ ਦੇ ਉੱਤੇ ਆਖਰ ਕੇਂਦਰ ਸਰਕਾਰ ਇਹ ਟਾਲਾ ਕਿਉਂ ਵੱਟ ਰਹੀ ਹੈ। ਵਧੇਰੇ ਜਾਣਕਾਰੀ ਲਈ ਸਾਡੇ ਪੱਤਰਕਾਰ ਸਿਮਰ ਇਸ ਵੇਲੇ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ। ਸਿਮਰ, ਤਾਂ ਲਗਾਤਾਰ ਜਿਹੜਾ ਬੰਦੀ ਸਿੱਖਾਂ ਦਾ ਮਸਲਾ ਗਰਮਾਇਆ ਹੋਇਆ, ਪਰ ਹੁਣ ਜਿਹੜਾ ਕਤਰ ਦੇ ਵਿੱਚ ਸਜ਼ਾ ਦੀ ਰੋਕ ਲੱਗੀ ਹੈ ਭਾਰਤੀਆਂ ਦੀ ਸਜ਼ਾ 'ਤੇ, ਉਸ ਬਹਾਨੇ ਬੰਦੀ ਸਿੱਖਾਂ ਦਾ ਮਸਲਾ ਚੁੱਕਿਆ ਜਾ ਰਿਹਾ। ਸ਼ਹੀਦੀ ਜਿਹੜੇ ਚੱਲਦੇ ਪਏ ਸੀਗੇ ਮੰਡੀ ਸਿੰਘਾਂ ਦਾ ਮਾਮਲਾ ਕਹਿ ਲਈਏ, ਅੱਜ ਵੀ ਉਸ ਜਗ੍ਹਾ ਤੇ ਖੜਾ ਹੋਇਆ ਭਾਈ ਰਾਜੂਆਣਾ ਸਿੰਘ ਦੀ ਪਟੀਸ਼ਨ ਜਿਹੜੀ ਆ ਉਹ ਅਜੇ ਵੀ ਮੁੱਦੀ ਆ। ਸ਼੍ਰੋਮਣੀ ਕਮੇਟੀ ਨੂੰ ਅਪੀਲ ਕੀਤੀ ਗਈ ਸੀ ਭਾਈ ਰਾਜੂਆਣਾ, ਮਤਲਬ ਕਿ ਜਿਹੜੀ ਉਹ ਪਟੀਸ਼ਨ ਆ ਤੁਸੀਂ ਵਾਪਸ ਲੈ ਲਓ, ਕਿਉਂਕਿ ਕਾਫੀ ਸਮਾਂ ਬੀਤ ਚੁੱਕਿਆ ਆ। ਜਿਹੜਾ ਇਹ ਪਟੀਸ਼ਨ ਜੋ ਉੱਥੇ ਹੀ ਹੋਈ ਆ, ਕੋਈ ਵੀ ਇਸਦੇ ਉੱਪਰ ਅਜੇ ਐਕਸ਼ਨ ਨਹੀਂ ਲਿੱਤਾ ਜਾ ਰਿਹਾ। ਸ਼੍ਰੋਮਣੀ ਕਮੇਟੀ ਵੀ ਇਸਦੇ ਉੱਪਰ, ਜਾਂ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਦੋਵਾਂ ਪਾਸੋਂ ਇਸਦੇ ਉੱਪਰ ਜ਼ਰੂਰ ਗੱਲਾਂ ਜ਼ਰੂਰ ਚੁੱਕੀਆਂ ਜਾਂਦੀਆਂ, ਪਰ ਇਸਦੇ ਉੱਪਰ ਹਜੇ ਕੋਈ ਵੀ ਕਹਿ ਲਈਏ ਕਿ ਐਕਸ਼ਨ ਇਸ 'ਤੇ ਨਹੀਂ ਲਿੱਤਾ ਗਿਆ ਜੀ। ਮੰਡੇ ਸ਼ੁਕਰੀਆ ਸਰ ਫਿਲਹਾਲ ਜਾਣਕਾਰੀ ਦੇ ਲਈ। ਸੋ ਸਵਾਲ ਇਹ ਕੀਤਾ ਗਿਆ ਕਿ ਇਹ ਮਨੁੱਖੀ ਅਧਿਕਾਰਾਂ ਦੇ ਆਧਾਰ ਦੇ ਉੱਤੇ ਫਿਰ ਜਿਹੜੇ ਬੰਦੀ ਸਿੱਖਾਂ ਦੇ ਮਨੁੱਖੀ ਅਧਿਕਾਰ ਨੇ ਉਹਨਾਂ ਦੀ ਗੱਲ ਕਿੱਥੇ ਚਲੀ ਜਾਂਦੀ ਹੈ? ਅਤੇ ਇਸੇ ਕਰਕੇ ਕਤਰ ਦੇ ਵਿੱਚ, ਹਾਲਾਂਕਿ ਕਿਹਾ ਗਿਆ ਕਿ ਸਵਾਗਤ ਕੀਤਾ ਗਿਆ ਕਿ ਕਤਰ ਦੇ ਵਿੱਚ ਭਾਰਤੀਆਂ ਦੀ ਜਿਹੜੀ ਮੌਤ ਦੀ ਸਜ਼ਾ ਹੈ ਉਸ ਦੇ ਉੱਤੇ ਰੋਕ ਲੱਗ ਗਈ ਹੈ, ਪਰ ਇਹ ਵੀ ਕਿਹਾ ਗਿਆ ਕਿ ਜੋ ਬੰਦੀ ਸਿੰਘਾਂ ਦਾ ਮਸਲਾ ਹੈ ਉਸ ਮਸਲੇ ਦੇ ਵਿੱਚ ਵੀ ਕੇਂਦਰ ਸਰਕਾਰ ਨੂੰ ਮਨੁੱਖਤਾ ਦੇ ਆਧਾਰ ਦੇ ਉੱਤੇ ਫੈਸਲਾ ਕਰਨਾ ਚਾਹੀਦਾ ਹੈ।